ਗੱਡੀ ਨਾ ਕਦੇ ਜ਼ੰਸਕਾਰ ਵੈਲੀ ਇੱਥੇ ਦੋ ਨਦੀਆਂ ਇੰਡਸ ਅਤੇ ਜ਼ੰਸਕਾਰ ਦਾ ਸੰਗਮ ਹੈਗਾ ਅਤੇ ਇੱਥੇ ਦੇ ਲੋਕ ਇਹਨੂੰ ਬੜਾ ਹੀ ਆਸਪੀਸ਼ੀਅਸ ਬੜਾ ਹੀ ਪਵਿੱਤਰ ਮੰਨਦੇ ਨੇ ਅਤੇ ਜਿੰਨੇ ਵੀ ਲੋਕ ਲੈ ਜਾਂਦੇ ਨੇ ਉਹ ਮੋਸਟਲੀ ਜਿੰਨੇ ਵੀ ਕਾਰ ਦੇ ਅਤੇ ਟੈਕਸੀਆਂ ਵਾਲੇ ਨੇ ਉਹ ਇੱਥੇ ਲੈ ਕੇ ਜ਼ਰੂਰ ਆਉਂਦੇ ਨੇ ਅਤੇ ਇੱਕ ਟੂਰਿਸਟ ਪੁਆਇੰਟ ਹੈ ਤੁਸੀਂ ਦੇਖ ਸਕਦੇ ਹੋ ਦੋ ਨਦੀਆਂ ਸਾਹਮਣੇ ਮਿਲ ਰਹੀਆਂ ਨੇ ਅਤੇ ਬਹੁਤ ਹੀ ਸੋਹਣਾ ਹੈਗਾ ਥੱਲੇ ਜਿਸ ਕੋਲ ਜਾਓ ਥੱਲੇ ਤੋਂ ਹੋਰ ਸੋਹਣਾ ਲੱਗਦਾ ਅਤੇ ਇੱਥੇ ਵਿੱਚ ਸਮਰ ਦੇ ਅੰਦਰ ਮੈਂ ਦੇਖਿਆ ਲਾਸਟ ਟਾਈਮ ਜਿਸ ਕਦ ਮੈਂ ਆਇਆ ਸੀਗਾ ਇੱਥੇ ਲੋਕ ਰਿਵਰ ਰਾਫਟਿੰਗ ਵੀ ਕਰਦੇ ਨੇ ਸੋ ਦਿਸ ਇਜ਼ ਵੈਰੀ ਨਾਈਸ ਯੂ ਨੋ ਰਿਵਰ ਫੋਰ ਰਿਵਰ ਰਾਫਟਿੰਗ ਤੁਸੀਂ ਕਰ ਦਿੱਤੇ ਅੱਜ ਆਉਣ ਵਾਲਾ ਹੈ ਕੱਲ ਪਿਆ ਲੈ ਨਾਲ ਭਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ ਲੈ ਨਾਲ ਭਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ ਲੈ ਨਾਲ ਭਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ ਖਾਣਾ ਖਾਣ ਰੁਕੇ ਹੈਗੇ ਹਾਂ ਜਿਹੜੀ ਲੇਹ ਤੋਂ ਸੜਕ ਜਾ ਰਹੀ ਹੈਗੀ ਕਾਰਗਿਲ ਵੱਲ ਕਾਰਗਿਲ ਤੋਂ ਤਕਰੀਬਨ 40 ਕਿਲੋਮੀਟਰ ਪਹਿਲੇ ਇੱਕ ਛੋਟਾ ਜਿਹਾ ਪਿੰਡ ਹੈਗਾ ਉਹਦੇ 'ਚ ਇੱਕ ਰੈਸਟੋਰੈਂਟ ਹੈਗਾ ਦਾ ਐਂਬੀਅਨ ਕੈਫੇ ਬਿਲਕੁਲ ਮੇਨ ਹਾਈਵੇ ਦੇ ਉੱਤੇ ਹੀ ਹੈਗਾ ਇਹਦੀ ਦੋ ਖਾਸੀਅਤ ਹੈਗੀਆਂ ਪਹਿਲੀ ਗੱਲ ਤਾਂ ਹੁਣ ਨਵਾਂ ਨਵਾਂ ਬਣਿਆ ਜਿਸ ਮੁੰਡੇ ਨੇ ਬਣਾਇਆ ਹੈਗਾ ਉਹਦਾ ਨਾਂ ਤੈਨਜ਼ਿੰਗ ਹੈਗਾ ਲੋਕਲ ਹੈਗਾ ਲਦਾਖੀ ਹੈਗਾ ਉਹਨੇ ਖੁਦ ਇੰਟੀਰੀਅਰ ਕੀਤਾ ਹੈਗਾ ਬਹੁਤ ਹੀ ਨੀਟ ਐਂਡ ਕਲੀਨ ਐਂਡ ਬਹੁਤ ਸਾਫ਼ ਸੁਥਰਾ ਅਤੇ ਇੱਕ ਬੜੀ ਪੋਜ਼ਿਟਿਵ ਵਾਈਬ ਹੈਗੀ ਇਹਦੇ ਅੰਦਰ ਖਾਣਾ ਬਹੁਤ ਵਧੀਆ ਆ ਮਤਲਬ ਅਸੀਂ ਫਰਾਈਡ ਰਾਈਸ ਅਤੇ ਚਿੱਲੀ ਪੀਣ ਖਾਂਦੇ ਹਾਂ ਕਈ ਜਗ੍ਹਾ ਤੁਸੀਂ ਵੀ ਖਾਇਆ ਹੋਏਗਾ ਪਰ ਬਹੁਤ ਸੋਹਣਾ ਖਾਣਾ ਸੀਗਾ ਬਹੁਤ ਟੇਸਟੀ ਖਾਣਾ ਦੂਸਰੀ ਚੀਜ਼ ਇੱਥੇ ਦੀ ਜਿਹੜੀ ਤਿਬੈਟਨ ਡਿਸ਼ ਹੈਗੀ ਤੁਪਕਾ ਇਸ ਸੂਪ ਤੁਪਾ ਥੁਕਪਾ ਓਕੇ ਥੈਂਕਸ ਫੋਰ ਕਰੈਕਟਿੰਗ ਮੀ ਤੁਪਕਾ ਰਾਈਸ ਵਿਦ ਸੋਰੀ ਨੂਡਲ ਵਿਦ ਜਿਹੜਾ ਹੈਗਾ ਨੂਡਲ ਵਾਲਾ ਸੂਪ ਹੈਗਾ ਇਹ ਵੀ ਬਹੁਤ ਚੰਗਾ ਹੈਗਾ ਵੈਜੀਟੇਰੀਅਨ ਮਿਰਚਾਂ ਨਹੀਂ ਹੈਗੀਆਂ ਬਹੁਤ ਨਾਲ ਇਹਦੇ 'ਚ ਆਇਲ ਬਹੁਤ ਘੱਟ ਹੈਗਾ ਸੋ ਖਾਣਾ ਬਹੁਤ ਹਾਈਜੀਨ ਤਰੀਕੇ ਨਾਲ ਬਣਿਆ ਹੋਇਆ ਜਗ੍ਹਾ ਬਹੁਤ ਸੋਹਣੀ ਹੈਗੀ ਤੁਸੀਂ ਦੇਖ ਸਕਦੇ ਹੋ ਨੈਕਸਟ ਟਾਈਮ ਜਦ ਤੁਸੀਂ ਆਓ ਟਰੈਵਲ ਕਰ ਰਹੇ ਹੋ ਬਾਈ ਰੋਡ ਇੱਥੇ ਜ਼ਰੂਰ ਰੁਕੋ ਬਹੁਤ ਚੰਗੀ ਜਗ੍ਹਾ ਹੈਗੀ ਸਾਫ਼ ਸੁਥਰੀ ਹੈ ਅਤੇ ਖਾਣਾ ਦਿਲ ਤੇ ਕਿਤਿਆਂ ਸੁੱਖ ਮਿਲਣਾ ਨਾ ਜੱਪਿਆਂ ਦੁੱਖਾਂ ਦਾ ਨਾਸ਼ ਹੋ ਮਨੁੱਖਤਾ ਇੱਕੋ ਇੱਕ ਧਰਮ ਸਾਡਾ ਵੰਡ ਛੱਕਿਆਂ ਹਰ ਕੋਈ ਪਾਸ ਹੋ ਦਿਲ ਤੇ ਕਿਤਿਆਂ ਸੁੱਖ ਮਿਲਣਾ ਨਾ ਜੱਪਿਆਂ ਇੱਥੇ ਤਾਂ ਤੁਸੀਂ ਖੜੇ ਹੈਗੇ ਆ ਕਾਰਗਿਲ ਵਿੱਚ ਇੱਥੇ ਵੀ ਇੱਕ ਇਤਿਹਾਸਿਕ ਗੁਰਦੁਆਰਾ ਹੈਗਾ ਇਹ ਸਥਾਨ ਸਰੂ ਨਦੀ ਦੇ ਕੰਢੇ ਬਣਿਆ ਹੋਇਆ ਹੈ ਇਹਦੇ ਮੇਰੇ ਨਾਲ ਸਾਈਡ 'ਤੇ ਇੱਥੇ ਨਦੀ ਵਹਿੰਦੀ ਹੈਗੀ ਇਤਿਹਾਸਕਾਰਾਂ ਦਾ ਆਖਣਾ ਹੈਗਾ ਕਿ ਪੱਥਰ ਸਾਹਿਬ ਗੁਰਦੁਆਰੇ ਦੇ ਉਪਰੰਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਸਕਾਡੂ ਗਏ ਸਕਾਡੂ ਉਹ ਸਥਾਨ ਹੈ ਜਿਹੜਾ ਇਸ ਵਕਤ ਪਾਕਿਸਤਾਨ ਦੇ ਹਿੱਸੇ 'ਚ ਆਉਂਦਾ ਹੈਗਾ ਉੱਥੋਂ ਹੁੰਦੇ ਹੋਏ ਉਹ ਇਸ ਸਥਾਨ 'ਤੇ ਆਏ ਕਾਰਗਿਲ ਵਿੱਚ ਜਿਸ ਵਕਤ ਉੱਥੇ ਉਹ ਪੁੱਜੇ ਸੀਗੇ ਇੱਥੇ ਕੋਈ ਆਬਾਦੀ ਨਹੀਂ ਸੀਗੀ ਦੂਰੋਂ ਦੂਰੋਂ ਦੂਰ ਦੂਰ ਤੱਕ ਕੁਛ ਵੀ ਨਜ਼ਰ ਨਹੀਂ ਆਉਂਦਾ ਸੀ ਖਾਲੀ ਉਹਨਾਂ ਨੂੰ ਇੱਕ ਦੀਆ ਨਜ਼ਰ ਆਇਆ ਛੋਟਾ ਜਿਹਾ ਘਰ ਜਿਹਦੇ ਅੰਦਰ ਇੱਕ ਦੀਆ ਟਿਮਟਿਮ ਆ ਰਿਹਾ ਸੀਗਾ ਗੁਰੂ ਜੀ ਉੱਥੇ ਪੁੱਜੇ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਇੱਕ ਇਨਸਾਨ ਜਿਹੜਾ ਕਿ ਬਹੁਤ ਹੀ ਪਰੇਸ਼ਾਨ ਸੀਗਾ ਗੁਰੂ ਜੀ ਨੇ ਉਹਦੀ ਪਰੇਸ਼ਾਨੀ ਸੁਣੀ ਉਹਦੇ ਉਪਰੰਤ 3 ਦਿਨ ਉਹ ਇਸ ਸਥਾਨ 'ਤੇ ਰਹੇ ਉਹਨਾਂ ਨੇ ਤਪੱਸਿਆ ਕੀਤੀ ਅਤੇ ਉਹਦੀ ਪਰੇਸ਼ਾਨੀਆਂ ਦਾ ਹੱਲ ਕੱਢਿਆ ਉਸ ਤੋਂ ਉਪਰੰਤ ਉਸ ਇਨਸਾਨ ਨੇ ਆਪਣਾ ਘਰ ਗੁਰੂ ਦੇ ਚਰਨਾਂ 'ਚ ਅਰਪਿਤ ਕਰਤਾ ਅਤੇ ਉਹਨਾਂ ਦਾ ਉਹ ਭਗਤ ਬਣ ਗਿਆ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਇਸ ਸਥਾਨ ਦਾ ਨਾਂ ਗੁਰੂ ਚਰਨ ਕਮਲ ਸਾਹਿਬ ਪੈ ਗਿਆ ਇੱਥੇ ਗੁਰਦੁਆਰੇ ਦੇ ਰੁਕਣ ਤੋਂ ਬਾਅਦ ਗੁਰੂ ਜੀ ਅੱਗੇ ਯਾਤਰਾ ਉਹਨਾਂ ਨੇ ਸ਼ੁਰੂ ਕੀਤੀ ਅਤੇ ਕਰਤਾਰਪੁਰ ਸਾਹਿਬ ਗਏ ਇਹ ਸਾਰਾ ਕੁਛ ਉਹਨਾਂ ਦੀ ਤੀਸਰੀ ਉਦਾਸੀ ਦੇ ਦੌਰਾਨ ਹੋਇਆ ਅੱਜ ਅਸੀਂ ਇੱਥੇ ਪਹੁੰਚਣ ਤੋਂ ਬਾਅਦ ਇੱਥੇ ਆ ਕੇ ਥੋੜ੍ਹਾ ਅਸੀਂ ਵਿਸ਼ਰਾਮ ਕੀਤਾ ਅਤੇ ਆਓ ਹੁਣ ਤੁਹਾਨੂੰ ਅਸੀਂ ਗੁਰਦੁਆਰਾ ਦਿਖਾਉਂਦੇ ਹਾਂ ਆਪ ਜੀ ਵੀ ਇਸਦੇ ਦਰਸ਼ਨ ਕਰੋ ਗਾਈ ਹੋਈ ਬਾਣੀ ਚ ਤੇਰੀ ਲਿਖੀ ਗਾਈ ਹੋਈ ਬਾਣੀ ਚ ਸਾਡੇ ਸਭ ਦੁੱਖਾਂ ਦਾ ਹੱਲ
लै नाल पाई मरदाना बाबा करण उदासी चल पया। लै नाल पाई मरदाना बाबा करण उदासी चल पया। लै नाल पाई मरदाना बाबा करण उदासी चल पया। तेरे गुण गावा जैसे सच में राह रजाई, जैसे सच में राह रजाई। तेरे गुण गावा दे बुझाई। बॉर्डर एरिया होने के करके इतने संगत की आवाजाही घट है। रिमोट इलाके से गुरुद्वारा है, इस करके इसकी सेवा संभाल का जिम्मा साड़ी आर्मी ने लिता हुआ है। तो बड़े चंगे तरीके रख रखाव उन्होंने की है। इस गुरुद्वारे के अंदर आके मैं बहुत ही पॉजिटिव एनर्जी का अनुभव होया। आप जी भी कभी इतने आओगे तो ऐसा अनुभव आप ही करोगे। वाहेगुरू जी का खालसा वाहेगुरू जी। तेरे ना कदमां ते साड़ी तड़पन सारी मुक गई। जिस सिर दे उत्ते तेरा हाथ पिया।